खरा तो आन के अगर की हूँ कि थोड़ा ना दसा जोड़ा ना राह जगदे राह मन खां जी राह मन खां किताबा च भी आंदा है जी जी पंजाब दा सूरमा हीरो है पंजाब दा ओ जड़ा ना रामान खान उस जैसे रामान खान दी लड़ी भी इत्थे उठी है ठीक है दानाबाद तो अच्छा इत्थे उत्थे जांदे ने गुगेरे या जामरे हां जैसे उन्हें नहीं ओ वागे वाले उस जामरे ठीक है पहले सारे ਵੜਕੇ ਉਹਨਾਂ ਦੇ ਇੱਥੇ ਆਣ ਇੱਥਾ ਹੀ ਹੈ ਕਿਉਂਕਿ ਇਹ ਬਣਾਇਆ ਮਤਲਬ ਖਰਲ ਤੋਂ ਸਹਿਬਾ ਦੇ ਹੁੰਦਾ ਨਾ ਸਦੀ ਡੇਢ ਸਦੀ ਦੋ ਸਦੀਆਂ ਬਾਅਦ ਚ ਪਿਆ ਤੇ ਜਿਹੜੇ ਨੇ ਨਾ ਕਮਾਲੀਏ ਵਾਲੇ ਖਰਾ ਹਾਂ ਉਹ ਵੀ ਇੱਥੇ ਉੱਠੇ ਨੇ ਅੱਜ ਨਿਕਾਲ ਸਾਰਿਆਂ ਦਾ ਇੱਥੋਂ ਹੈ ਗਾੜਾ ਆਇਆ ਦਾਨਾਬਾਦ ਗਾੜਾ ਸਾਰਾ ਖਰਨਾ ਦਾ ਮੋਢਾ ਆਇਆ ਹੈ ਠੀਕ ਠੀਕ ਤੇ ਉੱਥੇ ਗਏ ਨੇ ਉੱਥੇ ਵੀ ਜਿਹੜੀ ਨਾ ਪਾਕਿਸਤਾਨ ਆਪਣਾ ਮੁਲਕ ਆਏ ਸਾਰੀ ਧਰਤੀ ਸਰਦਾਰ ਕੌਮ ਇਹਨਾਂ ਚੋਂ ਖਰਲਾਂ ਦੀ ਇਹ ਵੱਧ ਤੱਕ ਚਿੜਦਾ ਪਿਆ ਤੇ ਕੋਟ ਪਿਆ ਮਰਿੰਦਾ ਬਿਲਕੁਲ ਕੋਈ ਇਹਨਾਂ ਦੇ ਬਰਾਬਰ ਹੋਇਆ ਹੀ ਨਹੀਂ ਮੁੜ ਉਹ ਅੰਗਰੇਜ਼ਾਂ ਨਾਲ ਲੜਦੇ ਵੱਤੇ ਨੇ ਅੰਗਰੇਜ਼ਾਂ ਨਾਲ ਵੀ ਇੰਝ ਲੜੇ ਨੇ ਬਈ ਉਹ ਜ਼ਮਾਨੇ ਪੱਗ ਵਾਲ 28-20 ਬੰਦਾ ਆਮਦ ਖਾਂ ਜੋੜਿਆ ਡਾਂਗਾਂ ਵਾਲਾ ਸੋਠਿਆਂ ਵਾਲਾ ਅੰਗਰੇਜ਼ ਨੂੰ ਉੱਥੇ ਜਾ ਕੇ ਬੈਠੇ ਨੇ ਆਮਦ ਖਾਂ ਸਾਰਾ ਖਾਂ ਸਾਰੋਂ ਵੀ ਦਾਨਾਬਾਦ ਦਾ ਹੈ ਅੱਛਾ ਸਾਰੋਂ ਗਏ ਅਮਾਨ ਦਾ ਠੀਕ ਹੈ ਤੇ ਆਮਦ ਦੇ ਨੱਥੂ ਦਾ ਹਾਂ ਨੱਥੂ ਦਾ ਬਿਲਕੁਲ ਸਹੀ ਆਮਦ ਦੇ ਨੱਥੂ ਦਾ ਸਾਰੋਂ ਗਏ ਅਮਾਨ ਦਾ ਇਹ ਉਸੇ ਜਾ ਕੇ ਜਦੋਂ ਬੈਠੇ ਨੇ ਇਹਨਾਂ ਦੇ ਵਿੱਚ ਮੁਕਬੇ ਰਹਿ ਗੱਲਿਆ ਦਾ ਨਾ ਕਿਹੜਾ ਉਹ ਪਿਆਰਾ ਕਰਕੇ ਪਿੰਨ ਅੰਗਰੇਜ਼ਾਂ ਦੇ ਵੇਖੋ ਤੁਸੀਂ ਇਹ ਕਿਸੇ ਲੱਭਦੇ ਨੇ ਕਿਸੇ ਜਲਦੇ ਨੇ ਕੀ ਕਾਰੋਬਾਰ ਹੈ ਉਸ ਜਾ ਕੇ ਉੱਥੇ ਜਾ ਕੇ ਸੱਚੀ ਜਾ ਕੀਤੀ ਬਈ 28-20 ਗੱਭਰੂ ਲਿਆ ਕੇ ਆਮਦ ਖਾਂ ਦੇ ਸਾਰੋਂਗ ਤੇਰੇ ਨਾਲ ਨਹੀਂ ਲੜੂ ਤੇ ਤੁਹਾਨੂੰ ਇਹਨੇ ਮਾਰੂ ਉਹਨਾਂ ਵਾਸਤੇ ਗੋਲੀ ਚਲਾਈ ਹੈ ਆਮ ਉਹਦੇ ਮਰੀ ਗਿਆ ਸਾਰੋਂ ਵੀ ਮਰੀ ਗਿਆ ਹੈ ਮੋੜੇ ਪਏ ਨੇ ਤੇ ਇਹਨਾਂ ਉਹ ਅਖਬਾਰ ਅਸੀਂ ਬਾਹਰ ਲਵੀਏ ਬਾਹਰ ਇਹਨੇ ਇੰਝ ਕਰਕੇ ਲਿਆ ਹੈ ਬਈ ਆ ਦਰਿਆ ਨਹੀਂ ਇਸ ਪਾਸੇ ਦਰਿਆ ਤੋਂ ਵਾਲੇ ਪਾਸੇ ਇਸ ਪਾਸੇ ਹੈ ਜਾਮਰਾ ਕਰਨਾ ਦਾ ਜਾਮਰਾ ਇਸ ਪਾਸੇ ਹੈ ਤੇ ਜਿਹੜਾ ਨਾ ਪਾਰ ਪਾਰ ਹੈ ਗੁਗੇਰਾ ਬੰਗਲਾ ਜੀ ਆ ਜਿੱਥੇ ਜੇਲ ਆ ਜੇਲ ਆ ਜੇ ਤਖਤ ਆ ਇਹਨਾਂ ਨੂੰ ਚੈੱਕ ਲਾਈ ਤਖਤ ਆ ਉੱਥੇ ਜਾ ਮੁੜੇ ਪਿਛਲੀ ਉਹਦਾ ਕਬੀਲਾ ਪਿਆ ਹੈ ਦਾਨਾਬਾਦ ਦੇ ਜਿਤਨੇ ਤੋੜ ਸ਼ੋਰ ਕੋਟ ਦਾ ਜੀ ਮੁਲਕ ਇਕੱਠਾ ਹੋਇਆ ਹੈ ਬਸ ਸਾਡਾ ਨਾ ਸਰਦਾਰ ਮਾਰਿਆ ਤਾਂ ਅਸਾਂ ਇਹਨਾਂ ਨੂੰ ਛੱਡਣਾ ਨਹੀਂ ਇਹ ਸਾਰੇ ਆਏ ਨਾ ਸਾਈ ਵੀ ਆਏ ਪਰੂ ਚੀਚਾ ਵਤਨੀ ਵਾਲੇ ਸਾਈ ਵੀ ਆਏ ਹਾਂ ਬੱਟੂ ਆਏ ਸਾਰੇ ਜਿਹਦੋ ਕਿਹਦੋ ਦਾ ਮੁਲਕ ਆ ਨਾ ਜੋ ਇਹ ਹਾਏ ਇਹ ਸਾਰੀਆਂ ਕੌਮਾਂ ਰਲ ਗਈਆਂ ਸਾਰੀਆਂ ਰਲ ਗਈਆਂ ਤਾਂ ਨਾ ਕਿ ਮਿਰਜ਼ਾ ਦਾ ਬਾਹਰ ਲਮਾ ਹੈ ਇਹ ਲਾਹੌਰ ਤੋਂ ਲਾਂਦੇ ਤੋਂ ਲੈ ਤੇ ਮੁਲਤਾਨ ਤਾਈ ਸਾਰਾ ਇਲਾਕਾ ਇਦੋ ਚਨੀ ਓਟ ਤਾਈ ਸਾਰਾ ਉਹਨਾਂ ਮੋੜਿਆਂ ਦੀ ਕਰਕੇ ਮਾਰਿਆ ਨੇ ਜਿਹੜੀ ਚਾਹੀ ਨਾ ਗੋੜੀ ਆਈ ਆਮਦ ਖਾਨ ਦੀ ਜੀ ਆ ਲਈ ਬਰਕਲੀ ਮੰਗ ਕੇ ਹੈ ਮੈਨੂੰ ਚਾਰ ਦੇ ਚੜ੍ਹਨ ਦੇ ਉਹ ਬੇਈਮਾਨ ਹੋ ਗਿਆ ਉਸ ਗੋੜੀ ਦਾ ਕੰਮ ਇਹ ਆ ਬਈ ਉਹ ਮੁੰਡਾ ਨਾ ਖੁਆਬਾ ਉਹਦੇ ਜਤਨ ਦੁਨੀਆਂ ਗੋੜੀਆਂ ਖੁਆ ਬਜਾ ਦੀਆਂ ਸਾਰੇ ਲੱਦੇ ਉਹ ਪੈਰ ਜਿਹੜਾ ਸੌਂਬਦਾ ਹੈ ਨਾ ਤੇਰੇ ਕੋ ਸੋਮ ਬੜਾਣ ਦਿੰਦੀ ਆਈ ਤਾਂ ਖੁੱਬੇ ਵਾਲੇ ਪੈਰ ਜਾਮਾ ਲਾਈ ਦਿੰਦੀ ਐਡੀ ਚਲਾਕ ਆਈ ਉਹ ਨਿਕਲਦੀ ਜੀ ਗਈ ਹੈ ਉਹ ਜੈਸੇ ਨਿਕਲ ਕੇ ਨਿਕਲੀ ਹੈ ਨਾ ਬਰਕਲੀ ਤੇ ਅੰਗਰੇਜ਼ੀ ਹੁੰਦੀ ਸਮਾਣੀ ਉਹਨਾਂ ਨੂੰ ਦੱਸ ਲਈਏ ਸਾਂਗ ਤੇ ਹੁਣ ਦੋਵਾਂ ਨੂੰ ਮਾਰ ਗੱਤਿਆ ਤੇ ਜਿਹੜੀ ਨਾਲ ਫੌਜ ਆਈ ਉਹ ਮਰੀ ਗਈ ਇਹ ਜਿਹੜਾ ਗੋੜੀਆਂ ਇਹ ਪੰਜਾਬ ਦੀਆਂ ਜਿਤਨੀਆਂ ਦਾਸਤਾਨਾਂ ਹਨ ਉਹਨਾਂ ਦੇ ਵਿੱਚ ਆਉਂਦੀਆਂ ਸਰਦਾਰ ਗੋੜੀ ਹੀ ਆ ਮੋਰਨੀ
ਆਮਾਨ ਖਾਨ ਜੀ ਸਹੀ ਹੈ ਕਹਿੰਦੇ ਨਾਲ ਦੀ ਗੋੜੀ ਕਾਈ ਨਹੀਂ ਕੱਟ ਹੀ ਲੱਗ ਸੀ ਰਾਮਨ ਖਾ ਖਰਲ ਤੇ ਵੀ ਅੱਖਾ ਨਾ ਜਿਸ ਟਾਈਮ ਬਰਕਲੀ ਗੋੜੀ ਮੰਗੀ ਆਈ ਹਾਂ ਰਾਮਨ ਖਾ ਖਰਲ ਇਹ ਅੱਖਾ ਬਈ ਅਸੀਂ ਜ਼ਮੀਨ ਤੇ ਗੋੜੀਆਂ ਇਹ ਨਹੀਂ ਦਿੰਦੇ ਕਿਸੇ ਨਹੀਂ ਦਿੰਦੇ ਕਿਉਂਕਿ ਇਹ ਸਾਡੇ ਕੋਲ ਇੱਜ਼ਤ ਵਾਲੇ ਜਿਹੜਾ ਬੰਦਾ ਹੈ ਨਾ ਉਹਦੀ ਇਹ ਨਿਸ਼ਾਨੀ ਉਸੇ ਉਹ ਮੈਂ ਜੀ ਹੁਣ ਬਾਦਸ਼ਾਹ ਜਵਾ ਤੋਂ ਲਈ ਉਸ ਬਿਨਸ ਕਰਕੇ ਮੰਗਵੀ ਇਸ ਲੈ ਕੇ ਗਿਆ ਨਾ ਉਸ ਵੇਲੇ ਬੇਈਮਾਨ ਹੋਇਆ ਬਈ ਮੈਂ ਪਚਾ ਜਾਵਾਂ ਜੱਟ ਦੇ ਬੰਦੇ ਨੇ ਜੀ ਤੁਹਾਡੇ ਯਾਰ ਬੜੇ ਬਹਿਣ ਦੇ ਚੁੱਡ ਇਦਾਂ ਤਕੜੇ ਬੰਦੇ ਤੇ ਲੜ ਪਏ ਗੋੜੀ ਤੂੰ ਲੜਿਆ ਹੁਣ ਅੰਗਰੇਜ਼ਾਂ ਦੀ ਅੰਗਰੇਜ਼ ਵੀ ਨਾ ਮਾਰੇ ਨੇ ਵੱਡੇ ਬਰਕਲੀ ਨੂੰ ਮਾਰਾ ਬਰਕਲੀ ਤੇ ਮਾਰਾ ਗਿਆ ਨਾ ਬਰਕਲੀ ਵੀ ਮਾਰਿਆ ਗਿਆ ਨਾ ਅਹਿਮਦ ਖਾਨ ਖਰਲ ਜਿਹੜਾ ਹਾ ਹਾਂ ਉਹ ਬੀਬੀ ਵੀ ਮਾਰੀ ਉਹ ਸ਼ਹੀਦ ਹੋ ਜਾਂਦਾ ਹੈ ਨਾ ਉਹ ਤਾਂ ਪਹਿਲੇ ਸ਼ਹੀਦ ਹੋਇਆ ਪਹਿਲੇ ਸ਼ਹੀਦ ਹੋ ਜਾਂਦਾ ਹਾਂ ਤੇ ਉਹਨਾਂ ਬਾਹਰ ਲਿਆਉਂਦੇ ਇਹ ਮਣ ਬਾਹਰ ਲੈਂਦੇ ਨੇ ਹਾਂ ਇਹ ਅੰਗਰੇਜ਼ ਵੀ ਮਾਰ ਗੱਤੇ ਤੇ ਬਰਕਲੀ ਉਹਨਾਂ ਦੀ ਅੰਗਰੇਜ਼ ਨਹੀਂ ਆ ਵੀ ਇਹ ਰਾਮਨ ਖਾਨ ਖਰਲ ਤੇ ਤ੍ਰਿਏ ਤੇ ਜੰਗ ਦੇ ਸ਼ਹੀਦ ਹੋ ਜਾਂਦਾ ਹੈ ਹਾਂ ਉਸ ਤੋਂ ਬਾਅਦ ਇਹ 32 ਦੇ ਜਿਹੜੀ ਇਹ ਸਾਰੀਆਂ ਦਾੜਾਂ ਤੇ ਜੰਗਾਂ ਲੱਗੀਆਂ ਰਹਿੰਦੀਆਂ ਨੇ ਲੱਗੀਆਂ ਰਹਿੰਦੀਆਂ ਨੇ ਪੂਰੇ ਇਲਾਕੇ 'ਚ ਮੇਰਾਂ ਦੀ ਤੇ ਇਹਨਾਂ ਦੀ ਜੰਗ ਲੜੀ ਹੋਈ ਹੈ ਇਹ ਦੁਨੀਆ ਦੀ ਤਾਰੀਖ 'ਚ ਐਡੀ ਵੱਡੀ ਜੰਗ ਆਵਾਮੀ ਜੰਗ ਕਿਸੇ ਨੇ ਲੜੀ ਜੋ ਇੱਥੋਂ ਹੈ ਆਪਣੇ ਕਬੀਲਿਆਂ ਲੜੀ ਹੈ ਖਰਲਾਂ ਵਟੂਆਂ ਜੋਈਆਂ ਸਾਈਆਂ ਇਹਨਾਂ ਨੇ ਰਲ ਤੇ ਸਾਰਿਆਂ ਲੜੀ ਆਈ ਜਿਹੜਾ ਨਾ ਸਾਰੋਂਗ ਉਹਦਾ ਬਿਲਾਦਰੀ ਐਣ ਗਏ ਵੀ ਅੱਗੇ ਗਏ ਖਰਾ ਸਾਰੋਂ ਅਮਾਨ ਦਾ ਨਾਮ ਉਹਦਾ ਨੱਥੂ ਦਾ ਵਡੇਰੇ ਵਿੱਚ ਹੀ ਮੁਲਕ ਸਾਰਾ ਲੜਿਆ ਨਾ ਤੋੜ ਜੰਗ ਤਾਈ ਮੁਲਕ ਜੰਗ ਤੇ ਲੜਿਆ ਤੇ ਪਾਰ ਉਲਾਰ ਤੂੰ ਲੜਿਆ ਆ ਮੁੜ ਇਹਨਾਂ ਬਰਕਲੀ ਦਾ ਮੁਕਾ ਛੱਡਿਆ ਮੁੜ ਅੰਗਰੇਜ਼ ਉਸ ਚੜ੍ਹੇ ਵੀ ਐਣ ਵਾਲਾ ਬਈ ਚੱਲ ਕੇ ਉਸ ਦਾਨਾਬਾਦ ਵੀ ਗੰਜ ਮਸ਼ੀਨਾਂ ਉਹਨਾਂ ਨੇ ਆਣ ਕੇ ਲਾਈਆਂ ਨੇ ਅਤੇ ਮਿਆਰਪੁਰ ਵੀ ਲਾਈਆਂ ਇੰਨੇ ਜਾਂਬਰੇ ਵੀ ਲਾਈਆਂ ਇੰਨੇ ਉਸ ਵੇਲੇ ਉਹਨਾਂ ਨੂੰ ਪਿੱਛੋਂ ਫੋਨ ਹੋਇਆ ਬਈ ਇਸ ਗੋਲੀ ਗਈ ਨਾ ਚੱਲ ਇਹ ਤੈਨੂੰ ਇਹ ਤੁਹਾਨੂੰ ਇਸ ਮੁਲਾ ਕੇ ਜੇ ਅੰਗਰੇਜ਼ਾਂ ਨੂੰ ਇਹ ਖਰਾ ਰਹਿਣ ਨਹੀਂ ਦਿੰਦੇ ਗੋਲੀ ਨਾ ਚੱਲਾਂ ਵੀ ਮੁੜ ਗੋਲੀ ਕਾ ਨਹੀਂ ਚੱਲੀ ਖਾਇਸ਼ ਤੇ ਸੁਲਾ ਹੋਈ ਹੈ ਪਹਿਲੇ ਤਾਂ ਲੜਦੇ ਆ ਬਾਅਦ ਸੁਲਾਂ ਦੀ ਸੁਲਾਂ ਹੋ ਗਈ ਬਈ ਇਹ ਤਾਂ ਮੁਲਕ ਖਰਲਾਂ ਦਾ ਸਾਰਾ ਤਾਂ ਅਸੀਂ ਸਾਰਾ ਮਾਰ ਕੇ ਬਾਅਦ ਕਿੱਥੇ ਕਰ ਸਹਿਜ ਲੋਕ ਇਵੇਂ ਖੜੋਤੇ ਰਹੇ ਇਹ ਤਾਂ ਕਿੱਥੇ ਨਿਕਲ ਗਏ ਪੰਜ ਸੱਤ ਛੱਟੇ ਸਾਈਆਂ ਦੇ ਤੁਹਾਡਾ ਕੀ ਨਾਂ ਹੈ ਸਰਫਰਾਜ ਸਰਫਰਾਜ ਤੇ ਕਿਤੀ ਉਮਰ ਹੈ ਤੁਹਾਡੀ ਮਾਸ਼ਾਅੱਲਾ 80 ਸਾਲ ਕੇ ਨੱਬੇ ਗਰੀਬ ਗੁਰਬਈਆ ਤਕੜੇ ਨਾ ਹੈ ਉਹ ਜਵਾਨ ਸਹੀ ਤਕੜੇ ਇੱਥੋਂ ਦੇ ਜ਼ਿੰਮੇਦਾਰੀ ਉਹ ਖਰੜ ਹੀ ਹੈ ਖਰੜ ਹੀ ਆਈ ਬੋਏ ਵੀ ਅੰਨਾ ਦੀ ਆਈ ਉਹਨਾਂ ਹੋਰ ਕਿਸੇ ਕੌਮ ਦੀ ਇੱਥੇ ਬੋਏ ਕਾਈ ਨਹੀਂ ਹਾਂ ਹਾਂ ਸ਼ੁਰੂ ਤੋਂ ਮਤਲਬ ਸ਼ੁਰੂ ਤੋਂ ਇੱਥੇ ਖਰਲਾਂ ਦਾ ਪਿੰਡ ਇੱਥੇ ਹੋਰ ਕੌਮ ਦਾ ਇੱਥੇ ਕੋਈ ਹਿੱਸਾ ਨਹੀਂ ਜਾਂ ਕੋਈ ਨਹੀਂ ਮਿਹਰਬਾਨੀ ਬਾਬਾ ਜੀ ਹੌਸਲਾ ਹੋ ਗਿਆ ਕਿਸੇ ਬੰਦੇ ਦੇ ਨਾਲ ਇੱਥੋਂ ਦੇ ਵਸਨੀਕ ਨਾਲ ਗੱਲ ਕਰਦੇ ਜਾਈਏ ਉਹ ਤੁਹਾਡੇ ਨਾਲ ਉਹ ਜਿਹੜਾ ਨਾ ਗੱਲ ਉਹ ਅਸਲ ਖਰਲ ਵੀ ਇਹ ਨਹੀਂ ਤਪਿਆ ਫਿਰ ਅਸਲ ਖਰਲ ਵੀ ਇਹ ਨਹੀਂ ਕੋਈ ਭਜਨ ਹੋਰ ਕੋਈ ਖਾਣਾ ਪਾਣੀ ਲਿਆਂਦਾ ਹੈ ਆ ਪੀ ਲਿਆ ਬਾਬਾ ਜੀ।